Y Media Group The fastest growing media group in North America Y Media Foreign Policy Report Y Media Foreign Policy Report ਦੇ ਵਿੱਚ ਇੱਕ بار ਫੇਰ ਕੈਨੇਡਾ ਇੰਡੀਆ ਦੇ ਵਿੱਚ ਜਿਹੜੀਆਂ ਟੈਂਸ਼ਨਸ ਵੱਧ ਰਹੀਆਂ ਨੇ ਉਹਦੀ ਜੋ ਲੇਟੈਸਟ ਕੁਝ ਡਿਵੈਲਪਮੈਂਟਸ ਹੋਈਆਂ ਨੇ ਉਹ ਸਾਂਝੀਆਂ ਕਰ ਦਿੰਨਾ ਹੈ ਪੈਨਲ ਮੈਂਬਰ ਦੇ ਵਿਚਾਰ ਵੀ ਲਵਾਂਗੇ ਔਰ ਤੁਹਾਡੇ ਵੀ ਇਸ ਤੇ ਉੱਤੇ ਵਿਚਾਰ ਜਿਹੜੇ ਉਹ ਜ਼ਰੂਰ ਲਵਾਂਗੇ ਅ ਜੋ ਐਸ ਵੇਲੇ ਲੇਟੈਸਟ ਡਿਵੈਲਪਮੈਂਟਸ ਹੋਈਆਂ ਨੇ ਇੱਕ ਤੇ ਜੇ ਤੁਹਾਨੂੰ ਯਾਦ ਹੋਏ ਅਸੀਂ ਤੁਹਾਨੂੰ ਬਹੁਤ ਪਹਿਲਾਂ ਹੀ ਦੱਸਿਆ ਸੀ ਕਿ ਵਾਸ਼ਿੰਗਟਨ ਪੋਸਟ ਦੇ ਵਿੱਚ ਜਿਹੜਾ ਇੱਕ ਆਰਟੀਕਲ ਛਪਿਆ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਇਹ ਪਲੋਟ ਹੈ ਜਿਹਦੇ ਵਿੱਚ ਕਿ ਗੁਰਪਤਵਨ ਸਿੰਘ ਪਰਨੋਹਣਾ ਦੇ ਕਤਲ ਦੀ ਗੱਲ ਕਤਲ ਦੀ ਸਾਜ਼ਿਸ਼ ਦੀ ਗੱਲ ਜਾਂ ਫਿਰ ਹਰਦੀਪ ਮੇਜਰ ਉਹਨਾਂ ਦੇ ਕਤਲ ਦੀ ਗੱਲ ਇਹ ਹਾਈएस्ट ਲੈਵਲ ਉਹਨਾਂ ਨੇ ਨਾਮ ਵੀ ਮੈਂਸ਼ਨ ਕਰ ਦਿੱਤਾ ਸੀਗਾ ਅਬਦਸ਼ਾਹ ਉਹਨਾਂ ਦਾ ਉੱਥੇ ਉਹਨਾਂ ਨੇ ਨਾਮ ਹਮੇਸ਼ਾ ਦਾ ਮੈਂਸ਼ਨ ਕਰ ਦਿੱਤਾ ਹੁਣ ਇਹਦੇ ਬਾਰੇ ਜਿਹੜਾ ਅਬਦਸ਼ਾਹ ਉਹਨਾਂ ਦਾ ਨਾਮ ਮੈਂਸ਼ਨ ਕੀਤਾ ਗਿਆ ਵਾਸ਼ਿੰਗਟਨ ਪੋਸਟ ਦੇ ਇਸ ਅਖਬਾਰ ਦੇ ਵਿੱਚ ਉਹਦੇ ਬਾਰੇ ਜਿਹੜੀ ਡਿਸਕਸ਼ਨ ਹੋਈ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਡਿਸਕਸ ਹੋਈਆਂ ਕੈਨੇਡਾ ਕੈਨੇਡਾ ਕਿਉਂ ਡਿਸਕਸ ਹੋਇਆ ਆਰਸੀਐਮਪੀ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਜਿਹੜੀ ਨੈਸ਼ਨਲ ਸਿਕਿਉਰਿਟੀ ਜਿਹੜੀ ਕਮੇਟੀ ਹੈ ਉਹ ਬੈਠੇ ਔਰ ਹੁੰਦਾ ਕੀ ਹੈ ਨੈਸ਼ਨਲ ਸਿਕਿਉਰਿਟੀ ਜਿਹੜੀ ਕਮੇਟੀ ਹੈ ਉਹਦੇ ਵਿੱਚ ਲਿਬਰਲ ਪਾਰਟੀ ਦੇ ਐਮਪੀਜ਼ ਵੀ ਸੀਗੇ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਵੀ ਸੀਗੇ ਬਲੌਕ ਐਨਡੀਪੀ ਸਾਰਿਆਂ ਦੇ ਅਲੱਗ-ਅਲੱਗ ਐਮਪੀ ਸੀਗੇ ਔਰ ਉਹਨਾਂ ਦੇ ਸਾਹਮਣੇ ਪੇਸ਼ ਹੋਏ ਸਿਕਿਉਰਿਟੀ ਅਫੀਸ਼ੀਅਲਸ ਕੌਣ-ਕੌਣ ਸੀਗੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਨਾ ਚਾਹਣਾ ਹੈ ਸਾਡੇ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਸ ਤਰ੍ਹਾਂ ਇੰਡੀਆ ਚ ਜੀ ਦੋਵਾਲ ਹੈ ਸ਼ੀ ਇਜ਼ ਦਾ ਟਾਪ ਪੋਸਟ ਐਸ ਫਾਰ ਐਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਟਾਪ ਬਿਊਰੋਕਰਟ ਨੇ ਉਹ ਪ੍ਰਧਾਨ ਮੰਤਰੀ ਜਸਟਨ ਟਰੂਡੋ ਸਾਹਿਬ ਨੂੰ ਪੂਰਾ ਐਡਵਾਈਸ ਕਰਦੇ ਨੇ ਔਨ ਨੈਸ਼ਨਲ ਸਿਕਿਉਰਿਟੀ ਮੈਟਰ ਸਨੇਕੀ ਡਰਾਅ ਉਹ ਉੱਥੇ ਮੌਜੂਦ ਸੀ ਨੇਟਲੀ ਡਰਾਅ ਉਹਨਾਂ ਤੋਂ ਬਾਅਦ ਸਾਡੇ ਕੈਨੇਡਾ ਦੇ ਜਿਹੜੇ ਡਿਪਟੀ ਫੌਨਫੇਸ ਮਿਨਿਸਟਰ ਸਿਗੇ ਡੇਵਿਡ ਮੋਰਿਸਨ ਉਹ ਵੀ ਉੱਥੇ ਮੌਜੂਦ ਸੀਗੇ ਆਰ ਸੀ ਐਮ ਪੀ ਦੇ ਜਿਹੜੇ ਕਮਿਸ਼ਨਰ ਨੇ ਮੇਨ ਬਾ ਉਨ੍ਹਾਂ ਤੋਂ ਇਲਾਵਾ ਇੱਕ ਤੋਂ ਜਿਹੜੇ ਹੋਰ ਉੱਥੇ ਮੌਜੂਦ ਸਿਗੇ ਬਟ ਮੇਨ ਇਹਨਾਂ ਤਿੰਨਾਂ ਦੇ ਉੱਤੇ ਜ਼ਿਆਦਾ ਗੱਲ ਫੋਕਸ ਰਹੀ ਕੀ ਰਹੀ ਉਹ ਵੀ ਤੁਹਾਨਾਂ ਨਾਲ ਮੈਂ ਬ੍ਰੀਫ ਸ਼ੇਅਰ ਕਰ ਦੇਣਾ অলਮੋਸਟ 2 ਘੰਟੇ ਦੀ ਉਹ ਗੱਲਬਾਤ ਹੋਈ ਹੈ ਸਾਰੇ ਐਮਪੀਜ਼ ਨੇ ਸਵਾਲ ਪੁੱਛੇ ਔਰ ਇਹਨਾਂ ਨੇ ਜਵਾਬ ਦਿੱਤੇ ਮੇਨ ਮੁੱਦਾ ਇਹ ਸੀਗਾ ਇੰਡੀਆ ਦੀ ਫੋਰਨ ਇੰਟਰਫੇਰੈਂਸ ਹਰਦੀਪ ਨੇਜਰ ਹੁਣਾਂ ਦੇ ਕਤਲ ਦਾ ਮਾਮਲਾ ਮੇਨ ਮੁੱਦਾ ਇਹ ਸੀਗਾ ਕਿ ਜਿਹੜਾ ਇੰਡੀਆ ਦੇ ਉੱਤੇ ਅਲੀਗੇਸ਼ਨ ਲਗਾਇਆ ਗਿਆ ਕਿ ਜੀ ਇੰਡੀਆ ਦੇ ਜਿਹੜੇ ਏਜੰਟਸ ਇੰਡੀਅਨ ਗਵਰਨਮੈਂਟ ਦੇ ਏਜੰਟਸ ਨੇ ਦੇ ਆਰ ਇਨਵੋਲਡ ਇਨ ਕਿਲਿੰਗਸ ਜ ਉਹ ਇੰਡੀਅਨ ਗਵਰਨਮੈਂਟ ਦੇ ਜਿਹੜੇ ਅਫੀਸ਼ੀਅਲਸ ਨੇ ਇਨਵੋਲਡ ਨੇ ਮੇਨ ਮੁੱਦਾ ਸਾਰਾ ਇਹ ਡਿਸਕਸ ਕੀਤਾ ਗਿਆ ਪੂਰੇ 2 ਘੰਟੇ ਹੁਣ ਇਹਦੇ ਚ ਜਿਹੜੇ ਲਿਬਰਲ ਪਾਰਟੀ ਦੇ ਜਿਹੜੇ ਐਮਪੀ ਸੀਗੇ ਜਿਸ ਤਰ੍ਹਾਂ ਉਹਦੇ ਚ ਸੁਖਤ ਹਲੀਵਾਲ ਸਾਹਿਬ ਉਥੇ ਮੌਜੂਦ ਸੀਗੇ ਹੋਰ ਵੀ ਉਥੇ ਲਿਬਰਲ ਪਾਰਟੀਆਂ ਦੇ ਗਹਿਰ ਸਾਹਿਬ ਸਾਡੇ ਇਥੋਂ ਮਿਸ ਅਗਾ ਤੋਂ ਨੇ ਉਹ ਵੀ ਉਥੇ ਮੌਜੂਦ ਸੀਗੇ ਲਿਬਰਲ ਪਾਰਟੀ ਦੇ ਜਿਹੜੇ ਐਮਪੀ ਸੀਗੇ ਉਹਨਾਂ ਨੇ ਇੱਕ ਤੇ ਧੰਨਵਾਦ ਕੀਤਾ ਆਰਸੀਐਮਪੀ ਦਾ ਵੀ ਧੰਨਵਾਦ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸਾਹਿਬ ਵੀ ਉਹਨਾਂ ਨੇ ਧੰਨਵਾਦ ਕੀਤਾ ਉਹ ਮੈਂ ਇੱਕ ਹੋਰ ਬੜਾ ਇੰਪੋਰਟੈਂਟ ਨਾਮ ਜ਼ਰੂਰ ਮੈਂਸ਼ਨ ਕਰ ਦਵਾਂ ਸੀਸ ਸਾਡੀ ਕੈਨੇਡਾ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਉਹਨਾਂ ਦੇ ਜਿਹੜੇ ਨਵੇਂ ਬਣੇ ਹੈੱਡ ਨੇ ਸੋ ਡੈਨੀਅਲ ਰੌਜਰਸ ਉਹ ਵੀ ਉੱਥੇ ਮੌਜੂਦ ਸਿਗੇ ਸੋ ਸੀਸ ਦਾ ਧੰਨਵਾਦ RCMP ਦਾ ਧੰਨਵਾਦ NSA ਦਾ ਧੰਨਵਾਦ ਲਿਬਰਲ ਪਾਰਟੀ ਦੇ ਐਮਪੀਜ਼ ਨੇ ਜ਼ਿਆਦਾ ਇਕ ਕੀਤਾ ਕੰਜ਼ਰਵੇਟਿਵ ਪਾਰਟੀ ਦੇ ਸਵਾਲ ਜਿਹੜੇ ਸੀਗੇ ਉਹ ਇੱਕ ਤੇ ਇਸ ਚੀਜ਼ ਦੇ ਉੱਤੇ ਫੋਕਸ ਸਿਗੇ ਕੰਜ਼ਰਵੇਟਿਵ ਪਾਰਟੀ ਕਰੀ ਸੀਗੀ ਔਰ ਇੱਕ ਕਿ ਤੁਸੀਂ ਜਿਹੜਾ ਇਹ ਇਹ ਗੱਲ ਯੂਐਸ ਦੇ ਖ਼ਬਰ ਵਾਸ਼ਿੰਗਟਨ ਪੋਸਟ ਨੂੰ ਤਾਂ ਤੁਸੀਂ ਦੱਸ ਰਹੇ ਹੋ ਪਰ ਕੈਨੇਡਾ ਨੂੰ ਤੁਸੀਂ ਨਹੀਂ ਦੱਸ ਰਹੇ ਕੈਨੇਡੀਅਨ ਨੂੰ ਕਿੱਦਾਂ ਪਤਾ ਲੱਗੇਗਾ ਮੈਂ ਪਹਿਲਾਂ ਵੀ ਇਹਦਾ ਜ਼ਿਕਰ ਕੀਤਾ ਪਰ ਉਹ ਕਾਫੀ ਡਿਟੇਲ ਚ ਉਹਨਾਂ ਨੇ ਪੁੱਛਦੇ ਰਹੇ ਬਾਰ-ਬਾਰ ਕਿ ਤੁਸੀਂ ਉੱਥੇ ਕਿਉਂ ਦਿੱਤਾ ਔਰ ਮਾਮਲਾ ਇਸ ਹੱਦ ਤੱਕ ਵੱਧ ਗਿਆ ਕਿ ਇੱਕ ਜਗ੍ਹਾ ਦੇ ਉੱਤੇ ਇੱਕ ਕੰਜ਼ਰਵੇਟਿਵ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਕਿਹਾ ਉਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਦੋਨਾਂ ਨੂੰ ਕੋਟ ਕਰਦਾ ਹਾਂ ਕਿ ਡਿਪਟੀ ਫੋਰਨ ਮਿਨਿਸਟਰ ਸਾਹਿਬ ਤੁਸੀਂ ਜਿਹੜੇ ਲਿਬਰਲ ਪਾਰਟੀ ਦੇ ਤੁਸੀਂ ਡਿਪਟੀ ਫੋਰਨ ਮਿਨਿਸਟਰ ਲਿਬਰਲ ਸਰਕਾਰ ਦੇ ਇਸ ਵੇਲੇ ਨਾਲ ਐਨਐਸਟ ਰਿਵਿਊ ਨੂੰ ਸਵਾਲ ਪੁੱਛਿਆ ਕਿ ਤੁਸੀਂ ਇੰਟਰਵਿਊ ਦਿੱਤਾ ਉਹਨਾਂ ਨੇ ਕਿ ਕੈਨੇਡਾ 'ਚ ਕੋਈ ਵੱਡੀਆਂ ਮੀਡੀਆ ਧਾਰਾ ਨਹੀਂ ਰਹਿ ਗਿਆ ਤੁਸੀਂ ਜਿਹੜਾ ਉੱਥੇ ਜਾ ਕੇ ਇਹ ਸਾਰਾ ਕੁਝ ਉਹਨਾਂ ਨੂੰ ਦੱਸ ਰਹੇ ਹੈਗੇ ਹੋ ਸੋ ਕੰਜ਼ਰਵੇਟਿਵਸ ਪਾਰਟੀ ਵੱਲੋਂ ਇਸ ਤਰ੍ਹਾਂ ਦੇ ਮੁਸ਼ਕਿਲ ਸਵਾਲ ਜਿਹੜੇ ਨੇ ਉਹ ਪੁੱਛੇ ਗਏ ਲਿਬਰਲ ਪਾਰਟੀ ਵੱਲੋਂ ਫਿਰ ਕਿਹਾ ਗਿਆ ਕਿ ਦੇਖੋ ਸਾਨੂੰ ਬੜੀ ਹੈਰਾਨੀ ਹੈ ਕਿ ਬੁੱਧਾ ਤਾਂ ਹੈਗਾ ਵੀ ਇੱਥੇ ਕੈਨੇਡਾ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਦੇ ਏਜੰਟਸ ਕਤਲ ਕਰ ਰਹੇ ਨੇ ਤੁਸੀਂ ਪੁੱਛੀ ਜਾ ਰਹੇ ਹੋ ਕਿ ਵਾਸ਼ਿੰਗਟਨ ਪੋਸਟ ਨੂੰ ਕਿਉਂ ਦੱਸਤਾ ਵਾਸ਼ਿੰਗਟਨ ਪੋਸਟ ਨੂੰ ਕਿਉਂ ਦੱਸਤਾ ਦੁਆਰਾ ਇਧਰੋਂ ਕਾਉਂਟਰੀ ਆ ਰਿਹਾ ਔਰ ਉੱਥੇ ਖਬਰ ਤੁਸੀਂ ਦੱਸਣ ਦੀ بجائے ਇੱਥੇ ਦੱਸੋ ਕੈਨੇਡੀਅਨਸ ਨੂੰ ਦੱਸੋ ਪ੍ਰੈਸ ਕਾਨਫਰੰਸ ਦੱਸੋ ਕੈਨੇਡੀਅਨਸ ਨੂੰ ਪਤਾ ਸੋ ਕੰਜ਼ਰਵੇਟਿਵ ਪਾਰਟੀ ਦੇ ਐਮਪੀਸ ਦਾ ਐਪਕਸ ਇਹ ਕੰਜ਼ਰਵੇਟ ਤੁਹਾਨੂੰ ਇੱਥੇ ਦੱਸਣਾ ਚਾਹੀਦਾ ਸਗਾ ਫਿਰ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਹੋਰ ਕਾਫੀ ਇੰਪੋਰਟੈਂਟ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਜੋ ਮੈਂ ਅੱਗੇ ਚੱਲ ਕੇ ਜ਼ਰੂਰ ਸ਼ੇਅਰ ਕਰਾਂਗਾ ਲੇਕਿਨ ਮੇਨਲੀ ਜਦੋਂ ਇਹ ਮੁੱਦਾ ਆਇਆ ਕਿ ਆਖਰਕਾਰ ਵਾਸ਼ਿੰਗਟਨ ਪੋਸਟ ਦੇ ਵਿੱਚ ਜਿਹੜੀ ਇਹ ਖਬਰ ਛਪੀ ਹੈ ਅਮਿਤ ਸ਼ਾਹ ਇਨਾਮ ਕਿਨੇ ਲਿਆ ਹੂ ਲੀਕਦ ਨੇ ਇਨਾਮ ਕਿਨੇ ਲਿਆ ਇੰਡੀਆ ਦੇ ਹੋਮਨਿਸ ਸੋ ਇਹਦੇ ਉੱਤੇ ਕਨਫਰਮ ਕਰ ਦਿੱਤਾ ਕੈਨੇਡਾ ਦੇ ਡਿਪਟੀ ਫੋਰਨ ਮਿਨਿਸਟਰ ਡੇਵਿਡ ਮੋਰਿਸਨ ਸਾਹਿਬ ਨੇ ਕਿਹਾ ਜੀ ਠੀਕ ਹੈ ਜੀ ਪੱਤਰਕਾਰ ਨੇ ਪੁੱਛਿਆ ਕਿ ਆ ਇਹ ਉਹ ਬੰਦਾ ਹੈ ਜੀ ਉਹਨਾਂ ਨੇ ਕਿਹਾ ਜੀ ਹਾਂ ਜੀ ਇਹੀ ਬੰਦਾ ਹੈ ਮੈਂ ਕਿਹਾ ਉਹਨਾਂ ਦਾ ਨਾਲੇ ਉਹਨਾਂ ਦੇ ਮਲਟੀਪਲ ਹੋਰ ਸੋਰਸਸ ਵੀ ਹੁੰਦੇ ਜ਼ਰੂਰੀ ਥੋੜੀ ਕਿ ਇਹਨਾਂ ਇਹੀ ਸੋਰਸਸ ਹੋ ਉਹਨਾਂ ਦੇ ਹੋਰ ਸੋਰਸਸ ਵੀ ਹੁੰਦੇ ਆ ਪਰ ਸਿਰਫ ਇਹਨਾਂ ਨੇ ਕਨਫਰਮ ਕੀਤਾ ਹੁਣ ਕੀ ਆ ਮਾਮਲਾ ਜੋ ਅਸੀਂ ਲਗਾਤਾਰ ਦੱਸ ਰਹੇ ਕੋ ਐਸਕੇਲੇਟ ਹੁੰਦਾ ਨਜ਼ਰ ਆ ਰਿਹਾ ਅੱਜ ਮੈਂ ਇੱਕ ਹੋਰ ਬੜੇ ਇੰਪੋਰਟੈਂਟ ਮੁੱਦੇ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗਾ ਗੱਲ ਹੁਣ ਐਵੀਡੈਂਸ ਤੇ ਆ पहला सेगा इंटैलीजेंस के उ हूँ गल एविडेंस तो आ गई इंडिया क्लीयरली डिनाई कर रहा इंडिया कहता जी कोई इन कोविडेंस नहीं है कोई इन को सबूत नहीं है और डिनाई कर रहा भी कुछ नहीं है दस रहे हूँ मामला की कैने है कैनेडा के प्रधानमंत्री जस्टिन टूडो साहब कह रहे एविडेंस है आर सी एम पी के कमिश्नर साहब कह रहे एविडेंस है ठीक है और होर बहुत सारे जेनियर लीडरस ने डेप्टॉरन मिनिस्टर ला लो एन एस ए सारे एविडेंस की गल कर रहे हैं कि एविडेंस है ठीक है और हूँ जोड़े एसडब्ल्यूएल इंडिया इंडिया डिनाई कर रहा है कि कोई एविडेंस नहीं है और कोई उन्होंने ऐसा नहीं किया इस मुद्दे ਨੂੰ ਜਿਹੜਾ ਥੋੜਾ ਜਿਹਾ ਐਡਰੈਸ ਕਰਦੇ ਆ ਆਖਿਰਕਾਰ ਇਹ ਹੈ ਕਿ ਕਿ ਦੋਨੋਂ ਡਾਇਮੈਟ੍ਰਿਕਲੀ ਆਪੋਜ਼ਿਟ ਨੇ ਮਾਮਲੇ انڈیا ਕੁਝ ਹੋਰ ਕਹਿ ਰਿਹਾ ਕੈਨੇਡਾ ਕੁਝ ਹੋਰ ਕਹਿ ਰਿਹਾ ਸੋ ਸਿੱਧਾ ਸਵਾਲ ਹੈਡ ਆਨ ਕਿ ਐਵੀਡੈਂਸ ਹੈ ਨਹੀਂ ਹੈ ਕਿਹਾ انڈیا ਇਹਦੇ ਵਿੱਚ ਇਨਵੋਲਵ ਹੈ ਨਹੀਂ ਹੈ ਸੋ ਇਹਦੇ ਤੇ ਗੱਲ ਕਰਦੇ ਆ ਠੀਕ ਹੈ ਹੁਣ ਮੈਂ ਥੋੜਾ ਜਿਹਾ ਪਹਿਲਾਂ ਸ਼ੁਰੂ ਕਰ ਲੈਣਾ ਆਨ ਦਾ ਇੰਡੀਅਨ ਸਾਈਡ ਇੰਡੀਅਨ ਸਾਈਡ ਕੀ ਹੈ ਉਹਨਾਂ ਦੀ ਗੱਲਬਾਤ ਸਾਰੀ ਸ਼ੇਅਰ ਕਰਦੇ ਆ ਔਰ ਫਿਰ ਕੈਨੇਡੀਅਨ ਸਾਈਡ ਵੀ ਉਹਨਾਂ ਨੂੰ ਸ਼ੇਅਰ ਕਰਾਂਗੇ ਔਰ ਪਹਿਲਾ ਇੰਡੀਅਨ ਸਾਈਡ ਤੋਂ ਸ਼ੁਰੂਆਤ ਕਰ ਲੈਨੇ ਇੰਡੀਆ ਦੇ ਐਨਐਸਏ ਕੋਰ ਨੇ ਜਿਨ੍ਹਾਂ ਦੇ ਨਾਲ ਮੀਟਿੰਗਸ ਹੋ ਰਹੀਆਂ ਸੀਗੀਆਂ ਉਸੇ ਸੋਣੀ ਲਿਆ ਹੁਣ ਤੇ ਗੱਲ ਸਾਰਿਆ ਸਾਹਮਣੇ ਆ ਗਈ ਹੈ ਕਿ ਕੈਨੇਡਾ ਚਾਹੁੰਦਾ ਸੀ ਕਿ ਸਬੂਤ ਤੁਹਾਨੂੰ ਦੇ ਦਿੰਨੇ ਆ ਉਹ ਕਹਿੰਦੇ ਠੀਕ ਹੈ ਜੀ ਕਦੋਂ ਦੇਣੇ ਸਬੂਤ ਪਹਿਲਾਂ ਇਹ ਜਾਣਾ ਚਾਹੁੰਦੇ ਸੀ ਆਰਸੀਐਮਪੀ ਦੇ ਡਿਪਟੀ ਕਮਿਸ਼ਨਰ ਫਲਿੰਨ ਉਹ ਜਾਣਾ ਚਾਹੁੰਦੇ ਸੀ ਉੱਥੇ ਕਿ ਆਪਣੇ ਇੰਡੀਅਨ ਕਾਉਂਟਰਪਾਰਟ ਨੂੰ ਮਿਲੀਏ 8 ਅਕਤੂਬਰ ਨੂੰ ਕੈਨੇਡਾ ਵੱਲੋਂ ਕਿਹਾ ਗਿਆ ਕਿ ਅਸੀਂ ਸਬੂਤ ਦੇਣਾ ਚਾਹੁੰਦੇ ਸੀ ਸਾਨੂੰ ਵੀਜ਼ਾ ਨਹੀਂ ਦਿੱਤਾ ਸਬੂਤਾਂ ਦੀ ਗੱਲ ਹੋ ਰਹੀ ਹੁਣ ਅੱਜ ਸਾਰੀ ਗੱਲ ਮ ਤੋ ਇਹਨਾਂ ਨੇ ਕਿਹਾ ਕਿ ਅਸੀਂ ਜਾਣਾ ਚਾਹੁੰਦੇ ਸੀ ਇੰਡੀਆ ਨੇ ਕਿਹਾ ਕਿ ਟੈਕਨੀਕਲ ਗਰਾਉਂਡਸ ਦੇ ਉੱਤੇ ਇੰਡੀਆ ਨੇ ਆਪਣਾ ਪੱਖ ਰੱਖ ਦਿੱਤਾ ਇੰਡੀਆ ਦੇ ਰਿਕੋਰਡ ਹਾਈ ਕਮਿਸ਼ਨਰ ਟੂ ਕੈਨੇਡਾ ਸੰਜੇ ਕੁਮਾਰ ਬਰਮਾ ਜੀ ਨੇ ਇੰਡੀਆ ਦੇ ਵਿੱਚ ਇੰਟਰਵਿਊ ਦਿੱਤਾ ਉਹਨਾਂ ਨੇ ਕਿਹਾ ਜੀ ਇਹਨਾਂ ਨੇ ਦੱਸਿਆ ਨਹੀਂ ਸਾਨੂੰ ਉਹਨਾਂ ਨੇ ਇੱਥੇ ਸੀਟੀਵੀ ਨੂੰ ਜਿਹੜਾ ਵੈਸ਼ੀ ਨੂੰ ਇੰਟਰਵਿਊ ਦਿੱਤਾ ਸੀਟੀਵੀ ਨੇ ਉਹਨੂੰ ਵੀ ਉੱਥੇ ਵੀ ਕਹਿਤਾ ਸੀ ਕਿ ਦੇਖੋ ਜੀ ਤੁਸੀਂ ਸਾਨੂੰ ਏਜੰਡਾ ਦੱਸੋ ਏਜੰਡਾ ਕੀ ਹੈ ਔਰ ਇੰਨੀ ਜਲਦੀ ਕੋਈ ਰਾਈਟ ਅਪ ਥੋੜੀ ਵੀਜ਼ਾ ਮਿਲ ਜਾਂਦਾ ਹੈ ਤੇ ਇਹਨਾਂ ਨੇ ਟੈਕਨੀਕਲ ਗਰਾਉਂਡਸ ਤੇ ਉਹਨੇ ਕਿਹਾ ਕਿ ਅਸੀਂ ਨਹੀਂ ਦੇ ਸਕਦੇ ਸੀ ਵੀ ਮੁੱਦਾ ਹੋਇਆ ਕਿ 8 ਅਕਤੂਬਰ ਨੂੰ 10 ਅਕਤੂਬਰ ਨੂੰ ਇੰਡੀਅਨ ਕੌਂਸੂਲੇਟ ਜਿਹੜਾ ਅਮਰੀਕਾ ਚ ਇੰਡੀਅਨ ਕੌਂਸੂਲੇਟ ਅਮਰੀਕਾ ਜੋ ਕਹਿੰਦੇ ਜੀ ਠੀਕ ਆ ਜੀ ਅਸੀਂ ਇੰਡੀਅਨ ਕੌਂਸੂਲੇਟ ਆ ਜਾਣੇ ਤੁਸੀਂ ਵੀ ਉੱਥੇ ਬੁਲਾ ਲਓ ਕੈਨੇਡਾ ਦਾ ਪੱਖ ਸੀ ਕਿ ਉੱਥੇ ਪਹੁੰਚੇ ਨਹੀਂ ਫਿਰ 8 ਅਕਤੂਬਰ ਨੂੰ ਵੀਜ਼ਾ ਨਹੀਂ ਹੋਇਆ 10 ਅਕਤੂਬਰ ਨੂੰ ਅਮਰੀਕਾ ਮੀਟਿੰਗ ਫਿਕਸ ਹੋਈ ਉੱਥੇ ਨਹੀਂ ਆਏ ਫਿਰ 12 ਅਕਤੂਬਰ ਨੂੰ ਮੀਟਿੰਗ ਫਿਕਸ ਹੋਈ ਜਾ ਕੇ ਸਿੰਗਾਪੁਰ ਸਿੰਗਾਪੁਰ ਫਿਰ ਇੰਡੀਆ ਦੇ ਐਨਐਸਏਜੀ ਦੋਵਾਲ ਸਾਹਿਬ ਵੀ ਪਹੁੰਚੇ ਔਰ ਇਧਰੋਂ ਵੀ ਇਹ ਸਾਰੇ ਬੰਦੇ ਪਹੁੰਚੇ ਉਹ ਕਹਿੰਦੇ ਜੀ ਸਾਡੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੈਕਲੀ ਡਰਾਂ ਇਹ ਉੱਥੇ ਪਹੁੰਚੇ ਕੈਨੇਡਾ ਦੇ ਡਿਪਟੀ ਕਮਿਸ਼ਨਰ ਜਿਹੜੇ ਹੈਗੇ ਨੇ ਆਰਸੀਐਮਪੀ ਦੇ ਫਲਿੰਗ ਉਹ ਵੀ ਉੱਥੇ ਪਹੁੰਚੇ ਉਹਨਾਂ ਨੇ ਕਿਹਾ ਉੱਥੇ ਇੰਡੀਆ ਦੇ ਐਨਐਸਏ ਜੀ ਦਵਾਲ ਸਾਹਿਬ ਨੇ ਸਭ ਕੁਝ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਜੀ ਕੋਈ ਹੈ ਹੀ ਨਹੀਂ ਕੋਈ ਤੁਹਾਡੇ ਕੋਲੇ ਸਾਰੀ ਗੱਲ ਮੰਨਣ ਤੋਂ ਇਨਕਾਰ ਕਰ ਉਹ ਕਹਿੰਦੇ ਚਲੋ ਇਦਾਂ ਕਰਦੇ ਹਾਂ ਗੱਲਬਾਤ ਜਾਰੀ ਰੱਖਦੇ ਹਾਂ 12 ਅਕਤੂਬਰ ਦੀ ਬਜਾਏ 14 ਅਕਤੂਬਰ ਨੂੰ ਦੁਬਾਰਾ ਮਿਲਦੇ ਹਾਂ ਇਸ ਸੈਟਰਡੇ ਨੂੰ ਮੀਟਿੰਗ ਹੋਈ ਸਿੰਗਾਪੁਰ 14 ਅਕਤੂਬਰ ਨੂੰ ਦੁਬਾਰਾ ਮੁਲਾਕਾਤ ਦੀ ਗੱਲ ਤੇ ਹੋਈ 13 ਅਕਤੂਬਰ ਨੂੰ ਉਹ ਕਹਿੰਦੇ ਜੀ ਇੰਡੀਆ ਨੇ ਫਿਰ ਖਬਰ ਲੀਕ ਕਰ ਦਿੱਤੀ ਇੰਡੀਆ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਇਹ ਸਾਡੇ ਨੂੰ ਦਲਦਲ ਇਲਜ਼ਾਮ ਲਗਾ ਰਹੇ ਉਹ ਕਹਿੰਦੇ ਜੇ ਇਹ ਜਦੋਂ ਇਹਨਾਂ ਨੇ ਕਰ ਦਿੱਤਾ ਫਿਰ ਇਹਨਾਂ ਨੇ ਕਿਹਾ ਕਿ ਅਸੀਂ ਫਿਰ ਵਾਸ਼ਿੰਗਟਨ ਪੋਸਟ ਕਿਉਂਕਿ ਅਸੀਂ ਇੰਡੀਆ ਨੂੰ ਵੀ ਜਵਾਬ ਦੇਣਾ ਚਾ ਰਹੇ ਸੀ ਅਸੀਂ ਇੰਡੀਆ ਦਾ ਬਹੁਤ بڑا ਮੀਡੀਆ ਹੈ ਅਸੀਂ ਉਹਨੂੰ ਕਾਊਂਟਰ ਦਾ ਕਰਨਾ ਚਾਹੁੰਦੇ ਸੀ ਅਸੀਂ ਉਹ ਐਸਾ ਅਖਬਾਰ ਪਿਕ ਕੀਤਾ ਵਾਸ਼ਿੰਗਟਨ ਪੋਸਟ ਜੋ ਕਿ ਜਦੀ ਇੰਟਰਨੈਸ਼ਨਲ ਆਡੀਅנס ਹੈ ਫਿਰ ਅਸੀਂ ਉਹਨੂੰ ਜਾ ਕੇ ਵਾਸ਼ਿੰਗਟਨ ਪੋਸਟ ਨੂੰ ਇਹ ਦਿੱਤੀ ਸਾਰੀ ਖਬਰ ਇਧਰੋਂ ਜਿਹੜੇ ਕਮਿਸ਼ਨਰ ਸਾਹਿਬ ਸੀਗੇ ਉਹਨਾਂ ਨੇ ਕਿਹਾ ਆਰਸੀਐਮਪੀ ਦੇ ਕਮਿਸ਼ਨਰ ਸਾਹਿਬ ਨੇ ਕਿਹਾ ਵੀ ਅਸੀਂ ਸਮਝਾ ਕਿ ਨਹੀਂ ਕੋਪਰ ਕੋ ਕਹਿੰਦਾ ਉਹਨੇ ਫਿਰ ਆਪਣੀ ਪ੍ਰੈਸ ਕਾਨਫਰੰਸ ਕੀਤੀ ਇਕ ਤੇ ਇਹ ਚੀਜ਼ ਹੋ ਗਈ ਠੀਕ ਹੈ ਹੁਣ ਗੱਲ ਕਰਦੇ ਹਾਂ ਜੇ ਸਬੂਤਾਂ ਦੇ ਜਰਾ ਖੜੇ ਰਹਿਣੇ ਆ ਸਬੂਤ ਕਿਹਦੇ ਚਾਹੀਦੇ ਨੇ ਸਭ ਤੋਂ ਪਹਿਲੀ ਗੱਲ ਕਰਦੇ ਹਾਂ ਅਸੀਂ ਕਿ ਕਿਸ ਚੀਜ਼ ਦੇ ਸਬੂਤ ਇੱਕ ਅਟੈਂਪਟ ਟੂ ਮਰਡਰ ਆ ਅਮਰੀਕਾ ਦੇ ਵਿੱਚ ਅਟੈਂਪਟ ਟੂ ਮਰਡਰ ਕੇ ਦਾ ਗੁਰਪਤਵਾਨ ਸਿੰਘ ਪਨੂਦਾ ਉਹਦੇ ਵਿੱਚ ਦੋ ਬੰਦੇ ਉੱਥੇ ਅਦਾਲਤ ਚ ਮਾਮਲਾ ਚੱਲ ਰਿਹਾ ਦੋ ਬੰਦੇ ਉਹਨਾਂ ਨੇ ਕਹਿ ਦਿੱਤੇ ਨikhil ਗੁਪਤਾ ਔਰ ਵਿਕਾਸ ਯਾਦ निखिल गुप्ता जिने के एक्शन कर रहे सी ਥੱਲੇ ਔਰ ਉੱਪਰ ਹੈਂਡਲਰ ਕੌਣ ਸੀਗਾ ਰੋ ਦਾ ਜਿਹਨੂੰ ਪਹਿਲਾਂ ਸੀਸੀ 1 ਕਿਹਾ ਗਿਆ ਸੀ ਇੰਡੀਅਨ ਇੰਟੈਲੀਜੈਂਸ ਦਾ ਆਫੀਸਰ ਰੋ ਉੱਥੇ ਵਿਕਾਸ ਯਾਦਵ ਠੀਕ ਹੈ ਉੱਥੇ ਅਮਰੀਕਾ ਚ ਹੋ ਰਿਹਾ ਹੁਣ ਜਦੋਂ ਕੈਨੇਡਾ ਚ ਜਾ ਜੋ ਕੈਨੇਡਾ ਚ ਕਿੰਨੇ ਮਾਮਲੇ ਨੇ ਟੋਟਲ ਜਿਵੇਂ ਓਵਰਆਲ ਦੇਖਾਂ ਸੀ ਮੀਡੀਆ ਦੇ ਹਿਸਾਬ ਨਾਲ ਗੱਲ ਕਰ ਰਹੇ ਕਿਉਂਕਿ ਨਾ RCMP ਦਾ ਸਰੀ ਹੈ ਨਾ ਪ੍ਰਧਾਨ ਮੰਤਰੀ ਸਾਹਿਬ ਦੱਸ ਰਹੇ ਨੇ ਪੁੱਛ ਰਹੇ ਨੇ ਪੱਤਰਕਾਰ ਬਾਰ-ਬਾਰ ਨਾ RCMP ਦਾ ਸਰੀ ਕਿੰਨੇ ਕਤਲ ਦੇ ਮਾਮਲੇ ਆ ਮਲਟ ਹੋਮੋਸਾਈਡਸ ਕਹਿ ਰਹੇ ਨੇ ਹੁਣ ਪਲੂਰਲ ਇੱਕ ਨਹੀਂ ਹੈ ਠੀਕ ਹੈ ਕਿੰਨੇ ਮਾਮ ਉਹ ਜਿਹੜਾ ਸੀ ਅੰਦਾਜ਼ਾ ਲਗਾ ਰਹੇ ਕਿ 6 ਕਤਲ ਦੇ ਮਾਮਲੇ ਸ਼ੱਕ ਦੇ ਦਾਇਰੇ ਚ ਆ ਸਕਦੇ ਆ ਰਿਪੂ ਦਮਨ ਸਿੰਘ ਮਲਿਕ ਨੰਬਰ 1 ਠੀਕ ਹੈ ਜੀ 2022 ਦੇ ਵਿੱਚ ਉਹਨਾਂ ਦਾ ਕਤਲ ਹੁੰਦਾ ਰਿਪੂ ਦਮਨ ਸਿੰਘ ਮਲਿਕ ਦਾ ਜੁਲਾਈ 2022 ਉਹ ਸੀ ਪਹਿਲੇ ਕਹਿੰਦਾ ਸੀਗਾ ਵੀ ਹੋ ਸਕਦਾ ਹੈ ਸ਼ੱਕ ਦੇ ਦਾਇਰੇ ਚ ਲਿਆਉਣ ਪਰ ਇਹਨਾਂ ਕੋਲ ਹਜੇ ਲਿੰਕ ਨਹੀਂ ਜੁੜਦਾ ਪਿਆ ਕੋਈ ਸੋ ਉਹਨੂੰ ਬਾਹਰ ਕੱਢ ਦੋ ਨੰਬਰ 1 ਨੰਬਰ 2 ਹਰਦੀਪ ਨੀਜਰ ਉਹਦਾ ਕਤਲ 18 ਜੂਨ 2023 ਉਹ ਸ਼ੱਕ ਦੇ ਦਾਇਰੇ ਚ ਬਿਲਕੁਲ ਲੈ ਕੇ ਆ ਰਹੇ ਨੇ ਕਿ ਉਹਨੂੰ ਕਿਤੇ ਨ ਕਿਤੇ ਇੰਡੀਅਨ ਗਵਰਨਮੈਂਟ ਦੇ ਏਜੰਟਸ ਨਾਲ ਕਨੈਕਟ ਕਰ ਰਹੇ ਨੇ ਨੰਬਰ 3 ਸੁਖ ਗਦੂਲ ਸਿੰਘ ਦਿਓਲ ਜਿਨ੍ਹਾਂ ਦਾ ਕਿ ਕਤਲ 20 ਸੈਪਟੈਂਬਰ ਨੂੰ ਹੁੰਦਾ ਉਹਨੂੰ ਹਜੇ ਇਹਨਾਂ ਨੂੰ ਲੱਗਦਾ ਹੈ ਕਿ ਇੰਡੀਅਨ ਗਵਰਨਮੈਂਟ ਦੇ ਏਜੰਟਸ ਇਨਵੋਲ ਹੋਣਗੇ ਪਰ ਉਸ ਮਾਮਲੇ 'ਚ ਕੋਈ ਵੀ ਚਾਰਜ ਨਹੀਂ ਕੀਤਾ ਗਿਆ ਇਹ ਬੜੀ ਇੰਟਰਸਟਿੰਗ ਇਨਫੋਰਮੇਸ਼ਨ ਹੈ ਹਜੇ ਕੋਈ ਚਾਰਜ ਹੀ ਨਹੀਂ ਹੋਇਆ ਇਸ ਮਾਮਲੇ 'ਚ ਇਹ ਕਤਲ ਕਦੋਂ ਹੋਇਆ ਜਦੋਂ ਪ੍ਰਧਾਨ ਮੰਤਰੀ ਜਸਨਟ ਰੂਡੋ ਪਾਰਲੀਮੈਂਟ ਦੀ ਫਲੋਰ ਤੇ ਜਾਂਦੇ ਔਰ ਕਹਿੰਦੇ ਇੰਡੀਆਨ ਗਵਰਨਮੈਂਟ ਦੇ ਏਜੰਟਸ ਇਨਵੋਲ ਹੈ ਜੀ ਇੱਥੇ ਕਤਲ ਕਰਨ ਜੋ 18 ਤਰੀਕ ਨੂੰ ਅਨਾਉਂਸ ਕਰਦੇ 20 ਤਰੀਕ ਨੂੰ ਇੱਕ ਹੋਰ ਕਤਲ ਕਰ ਦਿੰਦੇ ਔਰ ਉਹਦੇ ਤੇ ਵੀ ਐਲੀਗੇਸ਼ਨ ਇਹ ਹੈ ਕਿ ਉਹ ਇ ਅਜੇ ਤੱਕ ਉਸ ਉਸ ਮਾਮਲੇ ਚਾਰਜ ਹੋਇਆ ਵਿਨੀਪੈਗ ਨੂੰ 20 ਸੈਪਟੇਮਬਰ ਜਿਹੜਾ ਨਹੀਂ ਅਜੇ ਤੱਕ ਕਿਸੇ ਤੇ ਚਾਰजेस ਐਜ਼ ਯੂ ਸਪੀਕ ਚਾਰजेस ਨਹੀਂ ਲੱਗੇ ਫਿਰ ਇੱਕ ਹੋਰ ਕਤਲ ਤੇ ਆ ਜਾਂਦੇ ਆ ਇਹ ਕਤਲ ਕਿਦਾ ਹੈ ਕਿਉਂਕਿ ਟੋਟਲ ਗ੍ਰਿਫਤਾਰੀਆਂ ਕਿੰਨੀਆਂ ਹੋਈਆਂ ਜੀ ਟੋਟਲ ਗ੍ਰਿਫਤਾਰੀਆਂ ਹੋਈਆਂ ਨੇ 8 ਚਾਰ ਬੰਦੇ ਤਾਂ ਆ ਗਏ ਹਰਦੀਪ ਨੇ ਜਰ ਕਤਲ ਮਾਮਲੇ ਚ ਅੱਠ ਚਾਰ ਬੰਦੇ ਹੋਰ ਗ੍ਰਿਫਤਾਰ ਹੋਏ ਨੇ ਸੋ ਕੀ ਉਹ ਚਾਰ ਬੰਦੇ ਜਿਹੜੇ ਗ੍ਰਿਫਤਾਰ ਹੋਏ ਨੇ ਉਹ ਇੱਕ ਹੋਰ ਕਤਲ ਤਾਂ ਮਿਨੀਮਮ ਹੋਰ ਹੋਏਗਾ ਨਾ ਤਾਂ ਹੀ ਉਹ ਚਾਰ ਗ੍ਰਿਫਤਾਰ ਹੋਏ ਨੇ ਸਖਤ ਨਹੀਂ ਕਿ ਅਸੀਂ ਦੱਸਤਾ ਵੀ ਕੋਈ ਵੀ ਨਹੀਂ ਹਜੇ ਹੋਇਆ ਚਾਰਜ ਸਾਡੇ ਕੋਲ ਇਨਫੋਰਮ ਸੋ ਇਹ ਜਿਹੜੇ ਚਾਰ ਬੰਦੇ ਉਹ ਕਿਹਦੇ ਲਈ ਗ੍ਰਿਫਤਾਰ ਹੋਏ ਨੇ ਇੱਕ ਕਤਲ ਕੇ ਦੋ ਕਤਲ ਉਹ ਇੰਪੋਰਟੈਂਟ ਪਾਰਟ ਆ ਸਾਨੂੰ ਇਦਾਂ ਲੱਗਦਾ ਵੀ ਕਿਤੇ ਨਾ ਕਿਤੇ ਟੋਟਲ ਜਿਹੜੀ ਕੈਨੇਡੀਅਨ ਗਵਰਨਮੈਂਟ ਜਾਂ ਲਾਅ ਇਨਫੋਰਸਮੈਂਟ ਏਜੰਸੀਜ਼ ਨੇ ਟੋਟਲ ਤਿੰਨ ਮਾਮਲੇ ਵੜਾਉਣ ਗਿਆ ਤਿੰਨ ਟੋਟਲ ਲੱਗ ਰਿਹਾ ਮਤਲਬ ਅਸੀਂ 6 ਦੀ ਗੱਲ ਕੀਤੀ ਸੀ ਪਹਿਲਾਂ 6 ਦੇ ਵਿੱਚੋਂ ਅਸੀਂ ਇੱਕ ਵਾਰ ਕੱਢ ਦਿੱਤਾ ਜਿਹੜਾ ਅਸੀਂ ਤੁਹਾਨੂੰ ਦੱਸਤਾ ਰਿਪੂ ਦਮਨ ਸਿੰਘ ਮਲਿਕ ਦਾ ਵਾਰ ਕੱਢਤਾ 2022 ਦਾ ਤੋਂ ਬਾਕੀ ਰਹਿ ਕੇ ਪੰਜ ਪੰਜ ਦੇ ਵਿੱਚੋਂ ਤਿੰਨ ਲੱਗਦਾ ਹੈ ਸਾਨੂੰ इंडियन गवर्नमेंट ਦੇ ਖਾਤੇ ਬੰਦੇ ਨਜ਼ਰ ਆ ਰਹੇ ਨੇ इंडियन गवर्नमेंट ਦੇ ਏਜੰਸੀ ਦੇ ਐਸੀ ਅਲੋਕੇਸ਼ਨਸ ਲੱਗਣ ਗਿਆ ਹੁਣ ਮੁੱਦੇ ਤੇ ਆਉਣੇ ਜੀ ਸਬੂਤ ਹੈ ਕਿ ਨਹੀਂ ਹੈ ਸਬੂਤ ਹੈ ਕਿ ਨਹੀਂ ਹੈ ਇਹਦੇ ਤੇ ਆਉਣ ਤੋਂ ਪਹਿਲਾਂ ਜੇ ਅਸੀਂ ਬੈਕਗਰਾਉਂਡ ਵੀ ਦੇਖੀਏ NSA अजीत डुਵਾਲ ਸਾਹਿਬ ਅਸੀਂ ਸਾਰੇ ਜਾਣਦੇ ਆ ਕਿ ਪਾਕਿਸਤਾਨ ਚ ਵੀ ਰਹੇ ਨੇ 1986 ਦੇ ਵਿੱਚ ਆਪਰੇਸ਼ਨ ਬਲੈਕ ਥੰਡਰ ਜੋ ਦਰਬਾਰ ਸਾਹਿਬ ਹੋਇਆ ਪੰਜਾਬ ਦੇ ਵਿੱਚ ਵੀ ਰਹੇ ਨੇ ਸੋ अजीत डुਵਾਲ ਸਾਹਿਬ ਬਹੁਤ ਐਕਟਿਵਲੀ ਇੰਟੈਲੀਜੈਂਸ ਬਿਊਰੋ RAW ਇਹਦੇ ਵਿੱਚ ਬਹੁਤ ਐਕਟਿਵ ਰਹੇ ਨੇ ਐਜ਼ ਐਨ NSA ਦੇ ਸੀਨੀਅਰ ਮੈਂਬਰ ਤੇ ਰਹੇ ਨੇ ਲੇਕਿਨ ਹੁਣ ਅਲੀਗੇਸ਼ਨ ਬੜਾ ਸੰਗੀਨ ਹੈ ਕਿ ਕ੍ਰਿਮੀਨਲ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੈਨੇਡੀਅਨਸ ਦੇ ਉੱਤੇ ਜਿਹੜੇ ਐਂਟੀ ਇੰਡੀਆ ਲੋਕ ਸੀਗੇ ਜਿਹੜੇ ਖਾਲਸਤਾਨੀ ਸੀ ਉਹਨਾਂ ਦੇ ਉੱਤੇ ਅਟੈਕਸ ਕੀਤੇ ਹੁਣ ਜੇ ਅਸੀਂ ਧਿਆਨ ਦੇ ਨਾਲ ਦੇਖੀਏ ਤੇ ਸਾਰਾ ਕੁਝ ਪਾਕਿਸਤਾਨ ਦੇ ਵਿੱਚ ਵੀ ਬੜੇ ਸਾਰੇ ਬੰਦਿਆਂ ਦੀ ਡੈਥਸ ਹੋਈ ਹੈ ਜਿਹੜੇ ਲੋਕ ਐਂਟੀ ਇੰਡੀਆ ਸੀ ਉੱਥੇ ਬੜੀਆਂ ਡੈਥਸ ਹੋਈਆਂ ਪਾਕਿਸਤਾਨ ਦੇ ਵਿੱਚ ਵੀ ਜੋ ਤੁਸੀਂ ਅੰਦੇ ਨਾਲ ਦੇਖੀਏ ਤੇ ਇਹ ਸਾਰੀਆਂ ਡੈਸ ਜਿਹੜੀਆਂ ਪਾਕਿਸਤਾਨ ਚ ਹੋ ਰਹੀਆਂ ਸੀ ਉਹ ਉਹ ਲੋਕ ਸੀ ਜਿਹੜੇ ਐਂਟੀ ਇੰਡੀਆ ਸੀ ਚਾਹੇ ਉਹ ਖਾਲਿਸਤਾਨ ਦੀ ਗੱਲ ਕਰਦੇ ਸੀ ਚਾਹੇ ਉਹ ਕਸ਼ਮੀਰ ਦੀ ਗੱਲ ਕਰ ਰਹੇ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਘਟੋਗੜ 10 ਤੋਂ ਲੈ ਕੇ 20 ਦੇ ਆਸ-ਪਾਸ ਨੰਬਰ ਕੋਈ 15 ਕਹਿੰਦਾ ਕੋਈ 20 ਕਹਿੰਦਾ ਕੋਈ 22 ਕਹਿੰਦਾ ਕੋਈ 12 ਕਹਿੰਦਾ ਇੱਕ ਦਰਜਨ ਤੋਂ ਉੱਪਰ ਤਾਂ ਇਹ ਹੀ ਇੱਕ ਦਰਜਨ ਤੋਂ ਡੇਢ ਜਾਂ ਦੋ ਦਰਜਨ ਲਗਾ ਲਓ ਉੱਥੇ ਸਸਪੀਸ਼ੀਅਸ ਐਕਟੀਵਿਟੀਜ਼ ਹੈ ਦਸਕੇ ਦੇ ਦੋ ਮਾਰਡਰ ਵਿੱਚ ਪਹਿਲੀ ਵਾਰੀ ਪਾਕਿਸਤਾਨ ਨੇ ਅਲੀਗੇਸ਼ਨ ਲਗਾਏ ਕਿ ਨੇ ਜੀ ਇੰਡੀਆ ਹੈਗਾ ਦੇ ਪਿੱਛੇ ਪਹਿਲੇ ਤੇ ਵਿੱਚ ਤਾਂ ਉਹਨ ਇਥੇ ਅਸੀਂ ਅੱਗੇ ਚਲੀਏ ਕਿ ਕੀ ਵਾਕਈ ਇਦਾਂ ਹੋ ਸਕਦਾ ਹੈ ਉਹਨੂੰ ਅਸੀਂ ਸਾਰੇ ਜਾਣਦੇ ਆ ਕਿ ਦਾਉਦ ਨੂੰ ਬਹੁਤ ਦੇਰ ਤੋਂ ਇੰਡੀਆ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਦਾਉਦ ਦੀ ਲੜਕੀ ਦਾ ਵਿਆਹ ਦੁਬਈ ਦੇ ਵਿੱਚ ਸੀਗਾ ਜਾਵედ ਮੀਆਂ ਦਾਦ ਦੇ ਬੇਟੇ ਦੇ ਨਾਲ ਉਸ ਸਮੇਂ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ ਤੇ ਦਿੱਲੀ ਦੇ ਵਿੱਚ ਅਸੀਂ ਇਹ ਜਾਣਦੇ ਆ ਕਿ ਦਾਉਦ ਦੀ ਦੁਸ਼ਮਣੀ ਉਧਰ ਇੱਕ ਪਾਸੇ ਦਾਉਦ ਦਾ ਗੈਂਗ ਇੱਕ ਤਰਫ ਛੋਟਾ ਰਾਜਿੰਦਾ ਗੈਂਗ ਛੋਟਾ ਰਾਜਿੰਦਾ ਜਿਹੜਾ ਹੈ ਉਹਨਾਂ ਦੇ ਸਾਥੀ ਸੀਗੇ ਉਹ ਕਿਤੇ ਨਾ ਕਿਤੇ ਦਿੱਲੀ ਦੇ ਇੱਕ ਹੋਟਲ ਦੇ ਵਿੱਚ ਸੀਗੇ ਔਰ ਉੱਥੇ ਇੱਕ ਸੀਨੀਅਰ ਸ਼ਖਸ ਵੀ ਸਗੇ ਇੰਡੀਆ ਦੀ ਸਿਕਿਉਰਿਟੀ ਏਜੰਸੀ ਦੇ ਨਾਲ ਸੋ ਉਹਦੇ ਵਿੱਚੋਂ ਅਸੀਂ ਸਾਰੇ ਜਾਣਦੇ ਹਾਂ ਕਿ ਖਬਰ ਆਈ ਉਸ ਸਮੇਂ ਕਿ ਉਹਨਾਂ ਨੂੰ ਟ੍ਰੇਨ ਕੀਤਾ ਜਾ ਰਿਹਾ ਸੀ ਦੌਦ ਦਾ ਕਤਲ ਕਰਨ ਲਈ ਲੇਕਿਨ ਉਸ ਸਮੇਂ ਉੱਥੇ ਪੁਲਿਸ ਪਹੁੰਚ ਗਈ ਪੁਲਿਸ ਵੀ ਕਿਹੜੀ ਮਹਾਰਾਸ਼ਟra ਪੁਲਿਸ ਜਿਹਦੇ ਕਾਰਨ ਕਿ ਉੱਥੇ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਸਾਰਾ ਜਿਹੜਾ ਪਲੋਟ ਹੈ ਦੌਦ ਨੂੰ ਮਰਨ ਦਾ ਉਹ ਵਿਫਲ ਹੋ ਗਿਆ ਲੇਕਿਨ ਉੱਥੇ ਮੰਨਿਆ ਜਾਂਦਾ ਹੈ ਮਨ ਮਤਲਬ ਕਿ ਅਜੀਤ ਦਵਾਲ ਤਾਂ ਨਹੀਂ ਮੰਨਦੇ ਪਰ ਕਿਤੇ ਨਾ ਕਿਤੇ ਖਬਰ ਜ਼ਰੂਰ ਆਂਦੀ ਹੈ ਬਾਹਰ ਕਿ ਅਜੀਤ ਦੋਵਾਲ ਸਾਹਿਬ ਜਿਹੜੇ ਅੱਜ ਦੇ ਐਨਐਸਏ ਨੇ ਉਹ ਇੰਟਰਨੈਸ਼ਨਲ ਲੈਵਲ ਦੇ ਗੈਂਗਸਟਰਸ ਨੂੰ ਤਿਆਰ ਕਰ ਰਹੇ ਸੀਗੇ ਕਿ ਤੁਸੀਂ ਦਾਉਦ ਦਾ ਜਾ ਕੇ ਦੁਬਈ ਦੇ ਵਿੱਚ ਕਤਲ ਕਰਨਾ ਠੀਕ ਹੈ ਔਰ ਇਹ ਜਿਹੜੀ ਉਸੇ ਆਪਰੇਸ਼ਨ ਲੀਡ ਕਰ ਰਹੀ ਸੀਗੀ ਕਮਿਸ਼ਨਰ ਆਫ ਮਹਾਰਾਸ਼ਟra ਪੁਲਿਸ ਮੁੰਬਈ ਪੁਲਿਸ ਉਹ ਵੀ ਉੱਥੇ ਉਹਨਾਂ ਨੇ ਖੁਦ ਵੀ ਅਜੀਤ ਦੋਵਾਲ ਹੋਣਾ ਦਾ ਨਾਮ ਵੀ ਲਿਆ ਸੀਗਾ ਕਿ ਅਜੀਤ ਸਰ ਸੀਗੇ ਔਰ ਉਹ ਪੁਰਾਣੇ ਉਹਨਾਂ ਨੂੰ ਜਾਣਦੇ ਵੀ ਸੀਗੇ ਹੁਣ ਥੋੜਾ ਜਿਹਾ ਹੋਰ ਅੱਗੇ ਆਨੇ ਆ ਕਿ ਸਬੂਤ ਹੈ ਕਿ ਨਹੀਂ ਹੈ ਜੋ ਸਾਨੂੰ ਲੱਗਦਾ ਹੈ ਕਿ ਕੈਨੇਡੀਅਨ ਗਵਰਨਮੈਂਟ ਕੋਲ ਕੋਈ ਨਾ ਕੋਈ ਰਿਕਾਰਡਿੰਗ ਹੈ ਜਿਹਦੇ ذریعے ਕਿ ਜਿਹੜੇ ਬੰਦੇ ਅਰੈਸਟ ਕੀਤੇ ਗਏ ਨੇ 8 ਬੰਦੇ ਅਰੈਸਟ ਹੋਏ ਨੇ ਜਿਹਦੇ ذریعے ਕਿ ਜਿਹੜੇ ਬੰਦੇ ਅਰੈਸਟ ਕੀਤੇ ਗਏ ਨੇ ਇਹਨਾਂ ਦੀ ਕੋਈ ਕਮਿਊਨੀਕੇਸ਼ਨ ਕਿਸੇ ਇੰਡੀਅਨ ਗਵਰਨਮੈਂਟ ਦੇ ਏਜੰਟ ਦੇ ਨਾਲ ਕਮਿਊਨੀਕੇਸ਼ਨ ਰਿਕਾਰਡਿੰਗ ਆਡੀਓ ਉਹ ਸਾਨੂੰ ਲੱਗਦਾ ਹੈ ਕਿ ਕਿਤਨੇ ਕਿਤੇ ਹੈ ਫਿਰ ਔਰ ਉਹਦੀ ਬਣਾਦੇ ਉਤੇ ਜਿਹੜੀ ਉਹ ਕਮਿਊਨੀਕੇਸ਼ਨ ਹੋਈ ਹੈ ਉਦੀ ਬਨਾ ਦੇ ਉੱਤੇ ਹੀ ਇਹ ਸਾਰਾ ਮਾਮਲਾ ਅੱਗੇ ਵਧਾਇਆ ਜਾ ਰਿਹਾ ਹੈ ਮਾਮਲਾ ਹੁਣ ਅਦਾਲਤ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਣਾ ਹੈ ਉਹ ਕਿਹਦੀ ਰਿਕਾਰਡਿੰਗ ਆ ਕਿਹਦੇ ਨਾਲ ਗੱਲ ਹੋਈ ਹੈ ਕਿਸ ਕਤਲ ਦੇ ਮਾਮਲੇ 'ਚ ਹੋਈ ਹੈ ਉਹ ਸਾਰੀਆਂ ਚੀਜ਼ਾਂ ਹੁਣ ਤੁਹਾਡੇ ਸਾਹਮਣੇ ਆਉਣਗੀਆਂ ਔਰ ਪਰ ਕੀ ਉਹ ਵਾਕਈ ਜੋਏ ਮੰਨ ਰਨੇ ਕੇ ਰਿਕਾਰਡਿੰਗ ਵਾਕਈ ਸਹੀ ਹੈ yes or no ਕੀ ਉਹ ਸਹੀ ਮਾਇਨੇ 'ਚ ਸਾਬਤ ਕੀਤੀ ਜਾਏਗੀ ਕਿਉਂਕਿ ਜਾਂਚ ਹੋਏਗੀ ਕਿ ਰਿਕਾਰਡਿੰਗ ਸਹੀ ਆ ਜਾਂ ਨਹੀਂ ਸਹੀ ਹੈ ਉਹਦੀ ਜਾਂਚ ਵੀ ਤਾਂ ਕਰਨੀ ਪਵੇਗੀ ਔਰ ਕੀ ਉਹ ਅਦਾਲਤ ਦੇ ਵਿੱਚ ਉਸ ਥ੍ਰੈਸ਼ਹੋਲਡ ਨੂੰ ਕਰਾਸ ਕਰੇਗੀ ਕਿਸੇ ਨੂੰ ਚਾਰਜ ਕਰਨਾ ਇੱਕ ਚੀਜ਼ ਹੈ ਲੇਕਿਨ ਉਸ ਥ੍ਰੈਸ਼ਹੋਲਡ ਨੂੰ ਕਰਾਸ ਕਰੇਗੀ ਜਾਂ ਫਿਰ ਕੋਈ ਵਾਦਾ ਮਾਫ ਗਵਾਹ ਕੋਈ ਸਰਕਾਰੀ ਗਵਾਹ ਬਣ ਜਾਏਗਾ ਇਹ ਜਿਹੜੇ 8 ਬੰਦੇ ਹੋਏ ਨੇ ਜਾਂ ਕੀ ਹੋਏਗਾ ਵੀ ਡੋ ਨਾਟ ਨੋ ਐਂਡ ਵੀ ਡੋ ਨਾਟ ਵਾਂਟ ਟੂ ਜੰਪ ਤਾਂ ਗਨ ਬਟ ਇਹ ਸਾਨੂੰ ਅਦਾਲਤ ਤੇ ਸਾਡੇ ਜੁਡੀਸ਼ੀਅਲ ਸਿਸਟਮ ਤੇ ਪੂਰਾ ਭਰੋਸਾ ਹੈ ਲੈਟਸ ਹੋਪ ਕਿ ਦੁੱਧਾ ਦੁੱਧ ਔਰ ਪਾਣੀ ਦਾ ਪਾਣੀ ਹੋਏਗਾ ਬਟ ਐਸ ਵੀ ਸਪੀਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਔਰ ਸਾਡੇ ਸਿਕਿਉਰਟੀ ਅਫੀਸ਼ੀਅਲਸ ਪੂਰੀ ਤਰ੍ਹਾਂ ਇਹ ਗੱਲ ਮਹਿਸੂਸ ਕਰ ਰਹੇ ਨੇ ਕਿ ਸਾਡੇ ਕੋਲ ਇੰਟੈਲੀਜੈਂਸ ਨਹੀਂ ਹੈ ਸਾਡੇ ਕੋਲ ਐਵੀਡੈਂਸ ਹੈ ਇੰਡੀਆ ਕਹਿੰਦਾ ਹੈ ਕਿ ਐਵੀਡੈਂਸ ਛੱਡੋ ਜੀ ਉਹ ਡਿਨਾਈ ਕਰਦਾ ਇਹ ਸਾਰਾ ਸਾਰ ਗਲਤ ਹੈ ਸੋ ਇਹ ਸਾਰਾ ਮਾਮਲਾ ਚੱਲ ਰਿਹਾ ਹੈ ਔਰ ਇੱਕ ਚੀਜ਼ ਹੋਰ ਜੋ ਸਾਨੂੰ ਨਜ਼ਰ ਆ ਰਹੀ ਹੈ ਕਿਤੇ ਨ ਕਿਤੇ ਜਿਹੜੇ ਕੈਨੇਡੀਅਨ ਮਾਮਲੇ ਨੇ ਠੀਕ ਹੈ ਕੈਨੇਡਾ ਇੱਕ ਤਰਫ ਚੱਲ ਹੀ ਰਿਹਾ ਹੈਗਾ ਇੱਥੇ ਤਕਰੀਬਨ ਸਾਨੂੰ ਲੱਗ ਰਿਹਾ ਇਹਨਾਂ ਨੇ ਹਜੇ ਦੱਸਿਆ ਨਹੀਂ ਪਰ ਤਿੰਨ ਕਤਲ ਦੇ ਮਾਮਲੇ ਇੱਥੇ ਲੱਗਦੇ ਨੇ ਇੱਕ ਕਤਲ ਦੀ ਸਾਜ਼ਿਸ਼ ਗੁਰਪਤਵੰਸਿਕ ਬੰਨੂ ਦੀ ਕਿਉਂਕਿ ਇਹ ਪੈਟਰਨ ਸਿਮਿਲਰ ਹੈ ਇੰਡੀਆ ਦਾ ਉਹ ਕਿਤੇ ਨ ਕਿਤੇ ਅੱਗੇ ਜਾ अच्छा जी तो यही ग्रुप ਜਿਹੜਾ ਇਧਰ ਕੈਨੇਡਾ ਚ ਵੀ ਕਰ ਰਿਹਾ ਸੀ ਹਰਦੀਪ ਨੇ ਚਿਰ ਦਾ ਜੇ ਉਧਰ ਸਾਬਿਤ ਹੋ ਰਿਹਾ ਤੇ ਉਧਰ ਦੀ ਕੋਈ ਗੱਲ ਇਧਰ ਨਾ ਕਨੈਕਟ ਹੋ ਜਾਏ ਜਾਂ ਇਧਰ ਇੰਡੀਪੈਂਡੈਂਟ ਲੈਵਲ ਦੇ ਉੱਤੇ ਵੀ ਇਹਨਾਂ ਕੋਲ ਕਿਉਂਕਿ ਬਹੁਤ ਇੰਪੋਰਟੈਂਟ ਚੀਜ਼ ਸਮਝਣ ਵਾਲੀ ਆ ਜਿਹੜੇ ਕੈਨੇਡਾ ਦੇ ਸਾਡੇ RCMP ਦੇ ਕਮਿਸ਼ਨਰ ਸਾਹਿਬ ਨੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਕੁਛ ਤੇ ਦਿਖਾਇਆ ਹੋਏਗਾ ਨਾ ਸਾਡੇ ਫੋਰਨ ਮਿਨਿਸਟਰ ਨੂੰ ਸਾਡੇ ਫੋਰਨ ਮਿਨਿਸਟਰ ਮੈਲਨੀ ਜੋਲੀ ਉਹਨਾਂ ਨੇ ਆਥਰਾਾਈਜ਼ ਕਰਨਾ ਸੀਗਾ ਨਾ ਕਿ ਇੰਡੀਆ ਦੇ 6 ਡਿਪਲੋਮੈਟ ਵਾਪਸ ਭੇਜੇ ਜਾਣ ਤੇ ਮੈਲਨੀ ਜੋਲੀ ਹੋਣਾ ਕੋਲ ਐਸਾ ਕੀ ਪ੍ਰੂਫ ਆਇਆ ਮੈਲਨੀ ਜੋਲੀ ਹੁਣਾਂ ਕੋਲ ਐਸਾ ਕੀ ਪ੍ਰੂਫ ਆਇਆ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਇੰਡੀਅਨ ਹਾਈ ਕਮਿਸ਼ਨਰ ਸੰਜੀਤ ਕੁਮਾਰ ਵਰਮਾ ਜੀ ਸੁਮੇਤ 6 ਬੰਦੇ ਜਿਹੜੇ ਨੇ ਉਹਨਾਂ ਨੂੰ ਕਿਹਾ ਕਿ ਠੀਕ ਹੈ ਜੀ ਤੁਸੀਂ ਇੱਥੋਂ ਖਾਰੇ ਜੋਨ ਨੂੰ ਐਕਸਪੈਲ ਕਰ ਦਿੱਤਾ ਹਾਲਾਂਕਿ ਇੰਡੀਆ ਦਾ ਕਹਿਣਾ ਹੈ ਕਿ ਇਸ ਨੂੰ ਵਾਪਸ ਬੁਲਾ ਲਿਆ ਇਹ ਮਾਮਲਾ ਕੀ ਹੈ ਸਾਰਾ ਬੜੇ ਧਿਆਨ ਦੇ ਨਾਲ ਸਮਝਣਾ ਪਏਗਾ ਬਟ ਦੇਖਦੇ ਹਾਂ ਜੀ ਅੱਗੇ ਚੱਲ ਕੇ ਕੀ ਹੁੰਦਾ ਹੈ ਵਾਈ ਮੀਡੀਆ ਗਰੁੱਪ ਦ ਫਾਸਟੈਸਟ ਗਰੋਇੰਗ ਮੀਡੀਆ ਗਰੁੱਪ ਇਨ ਨਾਰਥ ਅਮਰੀਕਾ